ਹੈਲੋ ਹੈਲੋ, ਹਾਂਜੀ ਜੀ, ਕੀ ਹਾਲ ਚਾਲ ਦੋਸਤੋ? ਤੋ ਠੀਕ ਠਾਕ ਜੋ? ਹਾਂਜੀ ਆ ਜਾਓ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਲਵਪ੍ਰੀਤ, ਅਤੇ ਆਪਾਂ ਅੱਜ ਨਾ ਐਕਸਪੈਰੀਮੈਂਟ ਕਰਨ ਲੱਗੇ ਹਾਂ। ਇੰਟਰਨੈਟ 'ਤੇ ਬੜਾ ਵੇਖਿਆ ਅਤੇ ਕਹਿੰਦੇ ਨੇ ਕੰਮ ਕਰਦਾ, ਬਾਕੀ ਵੇਖਦੇ ਹਾਂ ਕੰਮ ਕਰਦਾ ਕਿ ਨਹੀਂ ਕਰਦਾ। ਆਪਾਂ ਥਰਮਾਕੋਲ ਲਿਆ ਦੇ ਆ, ਪੈਟਰੋਲ ਲਿਆ ਥੋੜ੍ਹਾ ਜਿਹਾ, ਇਹਦਾ ਬੜਾ ਰੌਲਾ ਸੁਣਿਆ, ਅਤੇ ਹੁਣ ਦੇਖਦੇ ਹਾਂ ਵੀ ਕੰਮ ਕਰਦਾ ਜਾਂ ਨਹੀਂ ਕਰਦਾ। ਇੱਥੇ ਨਾ ਜਿੱਦਾਂ ਤਰੇੜ ਆ ਥੋੜ੍ਹੀ ਜੀ, ਆਪਾਂ ਪੈਟਰੋਲ ਪਾ ਲਿਆ ਇਹਦੇ ਵਿੱਚ, ਆਪਣੇ ਕੋਲ ਪਿਆ ਸੀ, ਅਤੇ ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਥਰਮਾਕੋਲ ਪਾਉਂਦੇ ਹਾਂ। ਕਹਿੰਦੇ ਇਹਦੇ ਨਾਲ ਲੇਪ ਜਿਹਾ ਬਣ ਜਾਂਦਾ। ਲੈ ਵੀ ਲੈ, ਬਣ ਗਈ ਗੱਲ ਵੀ ਮਿੱਤਰਾ। ਆਹ ਵੇਖੋ, ਤੁਸੀਂ ਵੇਖ ਸਕਦੇ ਹੋ, ਵੇਖੋ ਨਾ ਘੁਲ ਗਿਆ ਸਾਰਾ ਵਿੱਚ। ਇਹਨੂੰ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਨਾ ਵਿੱਚ ਪਾਈ ਜਾਵਾਂਗੇ, ਅਤੇ ਇਹਨੂੰ ਥੋੜ੍ਹਾ ਹਿਲਾਈ ਜਾਣਾ ਆਪਾਂ ਨਾ, ਜਿਹਦੇ ਨਾਲ ਇਹ ਨਾ ਥੋੜ੍ਹਾ ਖੁਰ ਜਾਏਗਾ ਪੈਟਰੋਲ ਦੇ ਨਾਲ। ਅਤੇ ਬਾਰਿਸ਼ ਦਾ ਮੌਸਮ ਹੈ ਅੱਜ ਕੱਲ੍ਹ, ਬਾਰਿਸ਼ ਬਹੁਤ ਪੈਂਦੀ ਹੈ, ਅਤੇ ਇਹ ਨਾ ਇੱਕ ਥਾਂ 'ਤੇ ਥੋੜ੍ਹੀ ਜਿਹੀ ਪ੍ਰੋਬਲਮ ਜੀ ਹੈਗੀ ਸੀ, ਅਤੇ ਆਪਾਂ ਚਲੋ ਮੈਂ ਕਿਹਾ ਵੀ ਇੱਕ ਤਜਰਬਾ ਕਰਕੇ ਵੇਖ ਲੈਂਦੇ, ਉੱਦਾਂ ਹੀ ਸੁੱਟਣੀ ਸੀ, ਅਤੇ ਹੁਣ ਆਪਾਂ ਇਹਨੂੰ ਕਰਦੇ ਪਏ ਹਾਂ। ਨਵਜੋਤ ਕੱਲ੍ਹ ਬਣਦੀ ਪਈ ਹੈ, ਲੱਗਦਾ ਤਾਂ ਵਧੀਆ ਪਿਆ ਸਿਸਟਮ, ਬਾਕੀ ਹੁਣ ਵੇਖਦੇ ਹਾਂ ਕੰਮ ਕਾਰਗਰ ਵੀ ਹੈਗਾ ਕਿ ਨਹੀਂ ਹੈਗਾ। ਚਲੋ ਇਹ ਤਾਂ ਘੁਲ ਗਿਆ, ਥਰਮਾਕੋਲ ਤਾਂ ਪੈਟਰੋਲ ਦੇ ਵਿੱਚ ਚਲੋ ਹੋ ਹੀ ਜਾਣਾ ਮਿਕਸ, ਹੈ ਨਾ, ਉਹਨੇ ਖਤਮ ਕਰ ਦੇਣੀ, ਇਹਦੀ ਪੇਸਟ ਬਣ ਜਾਣੀ ਇੱਕ, ਅਤੇ ਬਾਕੀ ਇਹ ਵੇਖਣਾ ਪਏਗਾ ਬਾਅਦ ਵਿੱਚ ਵੀ ਕਿ ਇਹ ਕੰਮ ਕਰਦਾ ਜਾਂ ਨਹੀਂ ਕਰਦਾ, ਕਿੰਨੇ ਟਾਈਮ ਲਈ ਕਰਦਾ ਆ ਵਰਕ, ਕਿੰਨੇ ਟਾਈਮ ਕਰਦਾ, ਵੀ ਪਰਮਾਨੈਂਟ ਚੀਜ਼ ਆ ਕਿ ਜਾਂ ਮਤਲਬ ਵੀ ਕੁਛ ਸਮੇਂ ਬਾਅਦ ਇਹ ਖਰਾਬ ਹੋ ਜਾਂਦੀ ਹੈ। ਇਹ ਚੀਜ਼ ਹੁਣ ਆਪਾਂ ਦੇਖਣੀ ਪੈਣੀ ਆ, ਤੁਸੀਂ ਆਹ ਵੇਖ ਸਕਦੇ ਵਿੱਚ ਇਹਦੇ, ਆਹ ਵੇਖੋ ਤੁਸੀਂ। ਕੈਮਰਾਮੈਨ ਨੂੰ ਮੈਂ ਕਹਾਂਗਾ ਚੰਗੀ ਤਰ੍ਹਾਂ ਵਿੱਚ ਵਿਖਾਇਆ ਜਾਵੇ, ਕੈਮਰਾਮੈਨ ਮੇਰੇ ਇੱਕ ਸੁੱਤਾ ਸੀ ਥੱਲੇ, ਉਹਨੂੰ ਅਜੇ ਪਤਾ ਨਹੀਂ ਲੱਗਾ ਵੀ ਕੀ ਹੁੰਦੇ ਆ ਇਹਨੇ, ਅਤੇ ਉਹਨੇ ਹੁਣ ਕਹਿਣਾ ਸੀ ਵੀ ਕੈਮਰਾ ਤਾਂ ਮੈਂ ਚਲਾਉਣਾ ਜੋ ਮਰਜ਼ੀ ਹੋ ਜੇ। ਅਤੇ ਉਹ ਵੇਖੋ ਤੇਲ ਅਸੀਂ ਜ਼ਿਆਦਾ ਪਾ ਲਿਆ, ਚੱਲ ਕੋਈ ਗੱਲ ਨਹੀਂ, ਆਪਾਂ ਇਹਨੂੰ ਹੁਣ ਬੜੀ ਛੇਤੀ ਆ ਵੇਖ, ਬੜੀ ਛੇਤੀ ਘੁਲ ਜਾਂਦੀ ਹੈ ਇਹਦੀ, ਆਪਾਂ ਪੇਸਟ ਬਣਾਉਣੀ ਚੰਗੀ ਤਰ੍ਹਾਂ। ਅਤੇ ਆਹ ਵੇਖੋ ਕਿੱਡੀ ਛੇਤੀ ਨਾ, ਆਹ ਵੇਖੋ ਕਿੱਡੀ ਛੇਤੀ ਘੁਲਦਾ ਪਿਆ ਵਿੱਚ, ਵੇਖੋ ਐਡੀ ਛੇਤੀ ਤਾਂ ਅੱਗ ਨਾਲ ਨਹੀਂ ਸੜਦਾ ਹੈਗਾ ਜਿੰਨੀ ਛੇਤੀ ਪੈਟਰੋਲ ਨਾਲ ਖਤਮ ਹੋ ਰਿਹਾ। ਚੰਗਾ ਜੀ, ਅਤੇ ਆਹ ਵੇਖੋ ਤੁਸੀਂ, ਆਪਾਂ ਇਹਨੂੰ ਹੌਲੀ ਹੌਲੀ ਵਿੱਚ ਪਾ ਤਾ ਇੱਕ ਚੀਜ਼, ਆਪਾਂ ਤਾਂ ਇੱਕ ਹੋਰ ਹੈਗਾ ਅੱਛਾ, ਲਿਆਂਦਾ ਪਹਿਲਾਂ ਵੀ ਪਿਆ ਸੀਗਾ, ਮਹਾਰਾਜ ਕਿਰਪਾ ਹੀ ਇੰਨੀ ਕਿ ਵੀ ਟਾਈਮ ਨਹੀਂ ਲੱਗਦਾ ਕੰਮ ਕਰਨ ਦਾ। ਆ ਵੀ ਹੁਣ ਚਲੋ ਅਚਾਨਕੀ ਨਾਲੇ ਬਣ ਗਿਆ ਸਬੱਬ ਵੀ, ਚਲੋ ਵੀਡੀਓ ਬਣਾਉਂਦੇ ਹਾਂ, ਵੀਡੀਓ ਦੇ ਚਾਅ ਚਾਅ 'ਚ ਭਾਵੇਂ ਕੰਮ ਹੋ ਜਾਏ ਸਾਡਾ। ਅਤੇ ਆਹ ਤੁਸੀਂ ਦੇਖ ਸਕਦੇ ਹੋ ਉਹ ਕਿੱਡਾ ਉਹਦੀ ਹੈ ਨਾ, ਬੱਲੇ 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 ਬੱਲੇ, ਅਜੇ ਹੈਗਾ ਪੈਟਰੋਲ ਬਹੁਤ, ਅਜੇ ਹਰੇਕ ਕਰੀਮ ਬਣੀ ਨਹੀਂ ਦੀਨੀ, ਅਤੇ ਉਹਦਾ ਕਿੱਡਾ ਜ਼ਿਆਦਾ ਪਾ ਲਿਆ ਆਪਾਂ, ਆਪਾਂ ਵੱਡੇ ਪੀਸ ਵੀ ਪਾਈ ਉਹ ਛੇਤੀ ਖੁਰੀ ਜਾਂਦੇ ਆ, ਦੇਖੋ ਆਹ ਵੱਡਾ ਪੀਸ ਮਿੰਟੋ ਮਿੰਟ ਹੀ ਖਤਮ ਹੋ ਗਿਆ, ਦੇਖੋ ਮੈਂ ਕਿਹਾ ਸਕਿੰਟ ਨਹੀਂ ਲੱਗਦਾ ਜੀ, ਇੱਕ ਮਿੰਟ ਨਹੀਂ ਲੱਗਣਾ, ਦੇਖੋ ਆਹ ਦੇਖੋ ਮਿੰਟੋ ਮਿੰਟ ਖਤਮ ਹੋਈ ਜਾਂਦਾ ਪੀਸ। ਆਹ ਵੇਖੋ ਤੁਸੀਂ ਦੇਖ ਰਹੇ ਹੋ ਨਾ, ਆਹ ਦੇਖੋ ਤੇਲ ਕਿੱਦਾਂ ਉੱਬਲ ਹੁੰਦਿਆ ਇੱਕ ਹਿਸਾਬ ਦਾ, ਇੰਨੀ ਛੇਤੀ ਇਹਨੂੰ ਖਾ ਰਿਹਾ ਇਸ ਸਪੰਜ ਨੂੰ, ਉਹ ਥਰਮਾਕੋਲ ਨੂੰ ਬਹੁਤ ਛੇਤੀ ਖਤਮ ਕਰ ਦਿੰਦਾ ਪੈਟਰੋਲ। ਆਹ ਤੁਸੀਂ ਵੇਖੋ ਗੌਰ ਨਾਲ, ਧੁੱਪ ਬਹੁਤ ਆ ਅੱਜ, ਮੀਂਹ ਪੈ ਕੇ ਹਟਿਆ ਅਤੇ ਧੁੱਪ ਇੱਕਦਮ ਹੀ ਲੱਗ ਗਈ, ਹੁਣ ਇਹ ਧੁੱਪ ਦੇ ਵਿੱਚ ਗਰਮੀ ਬੜੀ ਪੈਦਾ ਹੋ ਜਾਂਦੀ ਮਿੰਟੋ ਮਿੰਟ, ਪਰ ਆਹ ਥੋੜ੍ਹੀ ਥੋੜ੍ਹੀ ਹਵਾ ਚੱਲ ਰਹੀ ਹੈ ਨਾਲ, ਜਿਹਦੇ ਕਰਕੇ ਹੁਣ ਠੀਕ ਆ, ਆਪਣੇ ਲਾਈਟ ਵੀ ਹੈ ਨਹੀਂ ਕੱਲ੍ਹਦੀ, ਅਤੇ ਤੁਸੀਂ ਆਹ ਦੇਖ ਸਕਦੇ ਹੋ ਨਾਲ ਨਾਲ ਸਾਡੇ, ਆਪਾਂ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਇੱਦਾਂ ਵੀਡੀਓ ਵੇਖਦੇ ਰਹੇ ਕਰੋ, ਥੋੜ੍ਹਾ ਦੱਸਿਆ ਕਰੋ ਬੰਦੇ ਨੂੰ, ਹੌਲੀ ਹੌਲੀ ਪਤਾ ਲੱਗ ਜਾਂਦਾ ਕੀ ਕਰਨਾ ਕੰਮ ਕਿਵੇਂ ਆ, ਅਤੇ ਵੀਡੀਓ ਨੂੰ ਜ਼ਰੂਰ ਸਪੋਰਟ ਕਰਿਆ ਕਰੋ। ਆਹ ਵੇਖੋ ਤੁਸੀਂ ਕਿੱਡਾ ਵਧੀਆ ਚੀਜ਼ ਬਣ ਗਈ ਹੈ, ਮੈਨੂੰ ਲੱਗਦਾ ਥਰਮਾਕੋਲ ਘੱਟ ਜਾਣੀ ਆਪਣੀ, ਅਤੇ
ਆਹ ਵੇਖੋ ਤੁਸੀਂ ਦੇਖ ਸਕਦੇ ਹੋ ਹੈ ਨਾ, ਆਹ ਵੇਖੋ ਕਿੱਡੀ ਵਧੀਆ ਨਾ ਲੇਪ ਜਿਹਾ ਬਣ ਗਿਆ ਉਹਦੇ ਥੱਲੇ, ਉਹ ਟੁੱਟ ਕੇ ਥੱਲੇ ਡਿੱਗ ਗਈ। ਅਤੇ ਆਹ ਕਹਿੰਦੇ ਥੱਲੇ ਦੱਬੀ ਜਾਓ ਮਿੰਟੋ ਮਿੰਟ ਹੀ ਨਾਲ ਨਾਲ। ਆਹ ਇਨਵੇਟਰ ਦਾ ਪਿਆ ਸੀਗਾ ਬੈਟਰੀ ਦਾ, ਅਤੇ ਆਪਣੇ ਕੰਮ ਆ ਹੀ ਗਿਆ ਤਕਰੀਬਨ। ਆਹ ਵੇਖੋ ਕਿੱਦਾਂ ਵਧੀਆ ਚੀਜ਼ ਬਣ ਗਈ ਹੈ। ਹਾਂ ਵੇਖੋ ਕਿੱਡੀ ਛੇਤੀ ਥਰਮਾਕੋਲ ਖਤਮ ਹੋ ਗਿਆ। ਅਤੇ ਥਰਮਾਕੋਲ ਨਾ ਥੋੜ੍ਹਾ ਮੋਟਾ ਆ, ਥੋੜ੍ਹਾ ਟਾਈਮ ਲੈ ਜਾਂਦਾ ਜਿੱਦਾਂ ਨਾ, ਪਰ ਵਧੀਆ ਦੇਖਦੇ ਹਾਂ। ਬਾਕੀ ਆਹ ਨਾ ਤੁਸੀਂ ਦੇਖ ਸਕਦੇ ਆ ਤਰੇੜ ਜਿਹੀ ਪਈ ਹੋਈ ਨਾ ਵਿੱਚ ਇਹਦੇ, ਆਹ ਦੋ ਥਾਂ ਆ। ਅਤੇ ਇਹਨੇ ਬੜਾ ਦੁਖੀ ਕੀਤਾ ਸਾਨੂੰ, ਮੈਂ ਪਹਿਲਾਂ ਤਾਂ ਰੇਤਾ ਪਾ ਛੱਡੀ, ਉਹ ਸਗੋਂ ਰੇਤਾ ਥੱਲੇ ਆਈ ਜਾਂਦੀ ਸੀ। ਆਹ ਵੇਖੋ ਕਿੱਡੀ ਉਹਦੀ ਚੀਜ਼ ਬਣ ਗਿਆ, ਵੇਖੋ ਆਹ ਵੇਖੋ ਦੇਖਦੇ ਹਾਂ ਹੁਣ ਵੀ ਇਹ ਸਿਲੀਕੋਨ ਟਾਈਪ ਜਿਹਾ ਬਣ ਗਿਆ ਵੀ ਇਹ ਵਰਕ ਕਰਦਾ ਜਾਂ ਨਹੀਂ। ਥੋੜ੍ਹੇ ਜਿਹੇ ਮੈਂ ਕਿਹਾ ਹੋਰ ਪਾ ਲਈ ਯਾਰ, ਪੈਟਰੋਲ ਜਿਹੜਾ ਰਹਿ ਗਿਆ ਥੋੜ੍ਹਾ ਜਿਹਾ, ਤਕਰੀਬਨ ਬਾਣੀ ਚੱਲੀ ਇਹਦਾ ਤੇ। ਆਹ ਥੋੜ੍ਹਾ ਜਿਹਾ ਉੱਤੇ ਨਾ ਪੈਟਰੋਲ ਵੀ ਹੈਗਾ ਇਹ, ਇਹਨੂੰ ਆਪਾਂ ਸਾਰਿਆਂ ਨੂੰ ਖਤਮ ਕਰਨਾ ਵੀ ਸਕਦੇ ਹੋ, ਇਹ ਫਿਰ ਇਹਨੇ ਕੰਮ ਕਰਨਾ, ਕਿਉਂਕਿ ਜੇ ਪੈਟਰੋਲ ਰਹਿ ਗਿਆ ਫਿਰ ਉਹਨੇ ਵਿੱਚ ਖਰਾਬ ਕਰੂਗਾ। ਆਪਾਂ ਇਹਨੂੰ ਕੋਈ ਬਣਾ ਦਾ ਨਹੀਂ, ਕਰੀਮ ਇਹਦੀ ਪੇਸਟ ਬਣਾ ਦਾ ਨਹੀਂ ਪੂਰੀ। ਆਹ ਮੇਰੇ ਸਾਹਮਣੇ ਤਕਰੀਬਨ ਇਹਦੇ ਨਾਲ ਬਾਣੀ ਜਾਣੀ ਹੈ, ਕਿਉਂਕਿ ਜੇ ਪੈਟਰੋਲ ਜਿੰਨਾ ਜਿੰਨਾ ਹੈਗਾ ਨਾ ਉਨੇ ਨਾਲ ਹੀ ਇਹਨੇ ਕੰਮ ਕਰਨਾ ਹੈ। ਆਪਾਂ ਇੱਧਰੋਂ ਇਹਨੂੰ ਕਰ ਦਿੰਦੇ ਹਾਂ, ਥੋੜ੍ਹਾ ਜਿਹਾ ਹੋਰ ਥੱਲੇ ਕਰੋ, ਦਬੋਗੇ ਇਸਕੋ ਗੋਤਾ ਦਬਾਏਗੇ ਬੀਚ ਮੇ, ਇਸਕੋ ਐਸੇ ਐਸੇ ਕਰੇਂਗੇ, ਫਿਰ ਦੇਖੋ ਦੇਖੀਏ ਨਾ ਕੈਸੇ ਖਤਮ ਹੋ ਰਿਹਾ। ਚਲੋ ਬਈ ਚਲੋ, ਤਕਰੀਬਨ ਮੇਰੇ ਹਿਸਾਬ ਨਾਲ ਹੋ ਗਿਆ ਜ਼ੋਰ ਪੈਟਰੋਲ ਦਾ ਵੀ ਹੈ ਨਾ, ਉਹਦਾ ਨਾ ਹੋ ਗਿਆ ਜ਼ੋਰ, ਉਹ ਹੁਣ ਨਹੀਂ ਉਹ ਗੱਲ ਨਹੀਂ ਦੇਈ, ਪੈਟਰੋਲ ਖਤਮ ਹੋ ਗਿਆ ਨਾ ਵਿਚੋਂ। ਮਾੜਾ ਜਿਹਾ ਆਪਾਂ ਇੱਕ ਮਿੰਟ ਨੂੰ ਛੱਡ ਦਈਏ ਨਾ, ਜੇ ਇਹਦੇ ਨਾਲ ਬਣਦੀ ਗੇਮ ਵੀ ਨਹੀਂ। ਚਲੋ ਆਪਾਂ ਆ ਇੱਧਰ ਆਓ, ਤੁਸੀਂ ਤੁਹਾਨੂੰ ਦੇਖੀਏ, ਆਪਾਂ ਇਹਦੇ 'ਤੇ ਸੁੱਟ ਦਿੰਦੇ ਇੱਥੇ ਲੱਜ ਰੱਖ ਦਿੰਦੇ ਹਾਂ ਜੇ ਲੋੜ ਪਈ ਤੁਹਾਨੂੰ ਵਰਤ ਲਈ ਮੁੜ ਕੇ ਹੈ ਨਾ। ਆ ਪੈਟਰੋਲ ਹੈਗਾ ਰੇਲ ਨਾਲ ਵਿੱਚ ਵੀ, ਬਟ ਉਹ ਵਰਕ ਕੰਮ ਨਹੀਂ ਕਰਨ ਦੇ ਨਾ ਜਦੋਂ ਉਹਦੇ ਛੱਡੋ, ਅਤੇ ਇਹਨੂੰ ਆਪਾਂ ਹੁਣ ਟਰਾਈ ਕਰਕੇ ਦੇਖਦੇ ਹਾਂ। ਵੇਖੋ ਜੀ ਹੁਣ ਇਹਨੂੰ ਨਾ ਇੱਥੇ 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 ਆਪਾਂ ਜਿਹੜਾ ਕਰਕੇ ਨਾ, ਮੈਂ ਕਹਿੰਦਾ ਨਾ ਵੀ ਕਰੀਏ ਤਾਂ ਵੀ ਕੋਈ ਚੱਕਰ ਨਹੀਂ ਹੈ। ਅਤੇ ਵੈਸੇ ਚੀਜ਼ ਤਾਂ ਬੜੀ ਵਧੀਆ ਬਣ ਗਈ ਉੱਤੇ ਹੈ ਨਾ, ਲੱਗਦਾ ਵੀ ਤਰੀਕਾ ਕਾਰਗਰ ਆ। ਚੀਜ਼ ਤਾਂ ਸ਼ਾਨਦਾਰ ਆ, ਇਹ ਇੱਕ ਦੋ ਥਾਂ ਹੋਰ ਵੀ ਆਪਾਂ ਟੈਸਟ ਕਰਾਂਗੇ ਜਿੱਦਾਂ ਮਤਲਬ ਇੱਥੇ, ਚਲੋ ਸਾਨੂੰ ਹੁਣ ਬਾਅਦ 'ਚ ਪਤਾ ਲੱਗੂਗਾ ਇੱਕ ਦੋ ਥਾਂ ਹੈਗਾ ਆਪਾਂ ਨਾ ਆਹ ਆਪੀ ਕਰ ਇਸ ਸਾਈਡ 'ਤੇ ਮਰ ਗਏ ਨਾ। ਆਹ ਦੇਖੋ ਇੱਥੇ ਪੈਣਾ ਜਿੱਥੇ ਪੈਣਾ ਜੀ, ਚਲੋ ਹੁਣ ਸੁੱਕਣ ਦਿੰਦੇ ਹਾਂ ਅਤੇ ਦੇਖਦੇ ਹਾਂ ਵੀ ਕੀ ਬਣਦਾ ਹੈਗਾ, ਇਹਨੂੰ ਮਾੜਾ ਮਾੜਾ ਆਪਾਂ ਕਰ ਦਿੰਦੇ ਹਾਂ। ਆਹ ਵੇਖੋ ਵਿੱਚ ਨਾ ਵਿੱਚ ਨੂੰ ਚਲੇ ਗਿਆ, ਵੇਖੋ ਉਹਦੇ ਵਿੱਚ ਚਲੇ ਗਿਆ ਵਿਰਲਾਂ ਦੇ ਵਿੱਚ, ਜਿੱਥੇ ਵਿਰਲ ਸੀਗਾ ਨਾ ਉਹਦੇ ਵਿੱਚ ਵਿੱਚ ਚਲੇ ਗਿਆ ਅੰਦਰ ਨੂੰ। ਆਹ ਵੇਖੋ
ਤੁਸੀਂ ਵੇਖ ਸਕਦੇ ਹੋ ਨਾ ਵਿੱਚ ਵਿੱਚ ਜਾ ਰਿਹਾ ਹੋਵੇ ਆਪਣੇ ਆਪ ਨਾ ਅੰਦਰ ਨੂੰ ਜਾ ਰਿਹਾ ਇੰਨੇ ਵਿੱਚ ਤਾਂ ਸਿਲੀਕੋਨ ਟਾਈਪ ਬਣ ਜੂਗਾ ਅਤੇ ਚਲੋ ਉਹਦੇ ਨਾਲ ਇੰਨਾ ਹੋ ਜੂਗਾ ਵੀ ਚਲੋ ਵਿੱਚ ਆ ਕੇ ਸੁੱਕ ਗਿਆ ਅਤੇ ਫਿਰ ਇਹਨੇ ਪਾਣੀ ਨਾ ਜਾਏਗਾ ਅੰਦਰ ਇਹਦੇ। ਚਲੋ ਠੀਕ ਹੈ ਦੋਸਤੋ, ਅਤੇ ਬਣੇ ਰਹੋ ਅਤੇ ਵੇਖੋ ਅਤੇ ਲਾਈਕ ਕਰੋ ਅਤੇ ਫਿਰ ਅਗਲੀ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ। ਧੰਨਵਾਦ ਜੀ।